ਸਰ ਹੀ ਮੈਨੂੰ ਇਹ ਡਾਂਟ ਸੁਣਨ ਨੂੰ ਮਿਲਦੇ ਸੀ ਕਿ ਤੂੰ ਲਾਈਫ 'ਚ ਕੀ ਕਰੇਂਗੀ, ਤੇਰੀ ਹਾਈਟ ਛੋਟੀ ਆ ਜਾਂ ਤੂੰ, ਮਤਲਬ ਬਹੁਤ ਕੁਛ ਸੀ ਉਹ, ਅਤੇ ਉਹ ਗੱਲਾਂ ਹਮੇਸ਼ਾ ਹੀ ਮੇਰੇ ਦਿਲ ਦੇ ਵਿੱਚ ਹੁੰਦੀਆਂ ਸੀ। ਤੂੰ ਬਿਲਕੁਲ ਹੀ ਹਾਰ ਮੰਨ ਚੁੱਕੀ ਸੀ ਕਿ ਮੈਂ ਲਾਈਫ ਦੇ ਵਿੱਚ ਕੁਛ ਕਰਨਾ ਹੀ ਨਹੀਂ, ਬਟ ਇੱਕ ਟਾਈਮ ਮੇਰੇ 'ਤੇ ਇੱਦਾਂ ਦਾ ਸੀ ਕਿ ਮੇਰੇ ਕੋਲ ਸਿਰਫ ਦੋ ਆਪਸ਼ਨ ਹੀ ਸੀ। ਮੈਨੂੰ ਦਿਖ ਰਿਹਾ ਸੀ ਜਾਂ ਤਾਂ ਮੈਂ ਕੁਛ ਕਰਕੇ ਦਿਖਾਵਾਂ, ਅਤੇ ਜਾਂ ਫਿਰ ਸਾਰੀ ਜ਼ਿੰਦਗੀ ਮੈਂ ਇੱਕ ਹੀ ਰੂਮ ਦੇ ਵਿੱਚ ਬੈਠੀ ਰਹਾਂ। ਰੀਜ਼ਨ ਕਰਕੇ, ਮੇਰੀ ਫਿਜ਼ੀਕਲ ਅਪੀਅਰੈਂਸ ਕਰਕੇ ਸ਼ੌਂਕ ਮੇਰੇ ਥੋੜ੍ਹੇ ਥੋੜ੍ਹੇ ਦੱਬਦੇ ਜਾ ਰਹੇ, ਮਤਲਬ ਲੋਕਾਂ ਦੀਆਂ ਨਜ਼ਰਾਂ ਨਾਲ ਜਦੋਂ ਆਪਾਂ ਖੁਦ ਨੂੰ ਦੇਖਦੇ ਹਾਂ ਨਾ, ਤਾਂ ਸਾਨੂੰ ਆਪਣੇ 'ਚ ਬਹੁਤ ਕਮੀਆਂ ਦਿਖਦੀਆਂ ਨੇ। ਅਤੇ ਮੈਂ ਬਚਪਨ ਤੋਂ ਹੀ ਜਦੋਂ ਮੈਂ ਆਪਣੇ ਉਹ ਨੈਗੇਟਿਵ ਟਾਈਮ ਦੇ ਵਿੱਚ ਸੀ ਨਾ, ਮੈਨੂੰ ਆਦਤ ਸੀ ਕਿ ਮੈਂ ਹਮੇਸ਼ਾ ਹੀ ਸ਼ੀਸ਼ੇ ਦੇ ਅੱਗੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਕੋਸਦੀ ਹੁੰਦੀ ਸੀ, ਅਤੇ ਮੈਂ ਰੋਂਦੀ ਵੀ ਹੁੰਦੀ ਸੀ, ਮੇਰੀ ਸਾਰੀ ਸਾਰੀ ਰਾਤ ਨਿਕਲ ਜਾਂਦੀ ਹੁੰਦੀ ਸੀ ਕਿ ਮੈਂ ਸ਼ੀਸ਼ੇ ਦੇ ਅੱਗੇ ਖੜ੍ਹੇ ਹੋ ਕੇ ਰੋਣਾ। ਜਿਹੜੀ ਲਾਈਫ ਆ ਉਹ ਮੇਰੇ ਤੋਂ ਬਿਹਤਰ ਕੋਈ ਕਿਸੇ ਨੂੰ ਨਹੀਂ ਦੱਸ ਸਕਦਾ, ਬਿਕੋਜ਼ ਉਹਨਾਂ ਲਈ ਜਸਟ ਇੱਕ ਬੁੱਕ ਹੋਏਗੀ, ਮੇਰੀ ਉਹ ਮੇਰੀ 25 ਸਾਲਾਂ ਦੀ ਜ਼ਿੰਦਗੀ ਆ। 3 ਫੁੱਟ 11 ਇੰਚ ਕੱਦ ਦੇ ਨਾਲ ਦੁਨੀਆ ਦੇ ਵਿੱਚ ਜੀਣਾ ਬਹੁਤ ਔਖਾ ਹੈ। ਹਾਈਟ ਛੋਟੀ ਹੈ, ਇਹ ਕੀ ਮਾਂ ਪਿਓ ਦਾ ਸਹਾਰਾ ਬਣੋ? ਹਾਈਟ ਛੋਟੀ ਹੈ, ਇਹਦਾ ਕਿਵੇਂ ਵਿਆਹ ਹੋ? ਹਾਈਟ ਛੋਟੀ ਹੈ, ਇਹ ਕਿੱਥੇ ਅੱਗੇ ਪੜ ਪਾਓ? ਹਾਈਟ ਛੋਟੀ ਹੈ, ਇਹ ਕੀ ਹੀ ਕਰ ਲਓ? ਇਹਨਾਂ ਤਾਨਾਂ ਨੂੰ ਰੋਜ਼ ਸੁਣਿਆ ਹਰਵਿੰਦਰ ਕੌਰ ਨੇ, ਤੇ ਉਹ ਟੁੱਟਦੀ ਰਹੀ। ਫਿਰ ਇੱਕ ਰਾਤ ਉਸਨੇ ਆਪਣੀ ਆਵਾਜ਼ ਸੁਣੀ, ਮੈਂ ਕੀ ਨਹੀਂ ਕਰ ਸਕਦੀ, ਮੇਰਾ ਰੱਬ, ਮੇਰੀ ਹਿੰਮਤ ਮੇਰੇ ਨਾਲ ਹੈ। ਤੇ ਫਿਰ ਉਸਦੀ ਹਿੰਮਤ ਨੇ ਉਸਦੇ 3 ਫੁੱਟ 11 ਇੰਚ ਦੇ ਕੱਦ ਨੂੰ ਵੀ ਪਿੱਛੇ ਛੱਡਿਆ, ਤੇ ਜਾ ਕੇ ਬਹਿ ਗਈ ਐਡਵੋਕੇਟ ਦੀ ਕੁਰਸੀ ਤੇ। ਨਿੱਕੀ ਉਮਰੇ ਕਦਮ ਨੇ ਗੱਡੇ, ਮੰਜ਼ਿਲਾਂ ਉੱਤੇ ਝੰਡੇ ਨੇ ਗੱਡੇ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਮੈਂ ਹਜੇ ਕੀਤੀ ਪਾਠਕ ਛਾਪੜਾ, ਤੇ ਨਿੱਘਾ ਸਵਾਗਤ ਕਰਦੀ ਤੁਹਾਡਾ ਸਾਰਿਆਂ ਦਾ ਪੀਡੀਸੀ ਪੰਜਾਬੀ ਤੇ। ਜੀ, ਅੱਜ ਮੈਂ ਗੱਲ ਕਰਨ ਵਾਲੀ ਹਾਂ ਉਸ ਸੋਹਣੀ ਮੁਟਿਆਰ ਦੇ ਨਾਲ ਜਿਹੜੇ ਅੱਜ ਕੱਲ੍ਹ ਇੰਟਰਨੈਟ ਸੈਂਸੇਸ਼ਨ ਬਣੇ ਹੋਏ ਨੇ। ਉਹਨਾਂ ਦੀ ਪਹਿਚਾਣ ਬਣੀ ਸੀ ਜਦੋਂ ਐਡਵੋਕੇਟ ਬਣੇ ਸੀ, ਪਰ ਅੱਜ ਦੇ ਦੌਰ ਦੇ ਵਿੱਚ ਉਹ ਇੰਟਰਨੈਟ 'ਤੇ ਤਹਿਲਕਾ ਮਚਾ ਰਹੇ ਨੇ ਸਿਰਫ ਆਪਣੀ ਫੋਟੋਜ਼, ਆਪਣੀ ਵੀਡੀਓਜ਼ ਅਤੇ ਆਪਣੀ ਰੀਲ ਦੇ ਨਾਲ। ਸੋ ਹੁਣ ਤੁਸੀਂ ਵੀ ਸਮਝ ਚੁੱਕੇ ਹੋਵੋਗੇ, ਅਤੇ ਹੁਣ ਸਮਾਂ ਆ ਚੁੱਕਿਆ ਕਿ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇ। ਸੋ ਜੀ, ਬਹੁਤ ਬਹੁਤ ਸਵਾਗਤ ਕਰਦੇ ਐਡਵੋਕੇਟ ਹਰਵਿੰਦਰ ਕੌਰ ਜੀ ਦਾ। ਹਰਵਿੰਦਰ ਜੀ, ਬਹੁਤ ਬਹੁਤ ਵੈਲਕਮ ਕਰਦੇ ਤੁਹਾਡਾ ਪੀਟੀਸੀ ਪੰਜਾਬੀ ਤੇ। ਥੈਂਕ ਯੂ ਮੈਮ। ਕਿਵੇਂ ਹੋ ਤੁਸੀਂ? ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗੀ। ਬਹੁਤ ਵਧੀਆ, ਤੁਸੀਂ ਦੱਸੋ ਮੈਮ। ਸੋ ਮੈਂ ਇਹਨਾਂ ਨੂੰ ਸੋਚਿਆ ਸੀ ਕਿ ਮੈਂ ਇਹਨਾਂ ਨੂੰ ਪੁੱਛਾਂਗੀ ਕਿ ਹਾਂਜੀ ਤੁਸੀਂ ਐਡਵੋਕੇਟ ਕਿੱਦਾਂ ਬਣੇ, ਕਿੱਦਾਂ ਪੜ੍ਹਾਈ ਦਾ ਸੋਚਿਆ ਤੁਸੀਂ ਕਿ ਹਾਂ ਕਿ ਤੁਸੀਂ ਐਡਵੋਕੇਟ ਬਣਨਾ ਹੈ, ਲੋਇਰ ਬਣਨਾ ਹੈ। ਪਰ ਮੈਂ ਹੁਣ ਸੋਚਿਆ ਕਿ ਜਿੰਨਾ ਇੰਟਰਨੈਟ 'ਤੇ, ਜਿੰਨੀ ਇੰਟਰਨੈਟ 'ਤੇ ਇਹਨਾਂ ਦੀ ਫੋਟੋਜ਼, ਰੀਲਸ ਔਰ ਵੀਡੀਓਜ਼ ਵਾਇਰਲ ਹੋ ਰਹੀਆਂ, ਸਭ ਤੋਂ ਪਹਿਲਾਂ ਸਵਾਲ ਮੈਂ ਇਹੀ ਪੁੱਛਣਾ ਕਿ ਇਹ ਕੋਨਸੈਪਟ ਕਿੱਦਾਂ ਤੁਹਾਡੇ ਦਿਮਾਗ 'ਚ ਆ ਰਿਹਾ ਕਿ ਹੁਣ ਅੱਜ ਮੈਂ ਇਸ ਗਾਣੇ 'ਤੇ ਵੀਡੀਓ ਬਣਾਉਣੀ ਹੈ, ਅੱਜ ਮੈਂ ਇਹ ਵਾਲਾ ਸੂਟ ਪਾਉਣਾ ਜਾਂ ਇਹ ਵਾਲੀ ਜੀਨਸ ਟੌਪ ਪਾ ਕੇ ਆਪਣੀ ਸੋਹਣੀ ਜਿਹੀ ਫੋਟੋ ਅਪਲੋਡ ਕਰਨੀ ਹੈ? ਸੋ ਇਸ ਦੇ ਬਾਰੇ ਦੱਸੋ ਕਿ ਮਾਡਲਿੰਗ ਵਾਲਾ ਸ਼ੌਂਕ ਵੀ ਹੈਗਾ ਸੀਗਾ ਪਹਿਲੇ? ਇਹ ਸ਼ੌਂਕ ਸ਼ੁਰੂ ਤੋਂ ਹੀ ਸੀ ਮੇਰੇ ਅੰਦਰ, ਬਟ ਕੁਛ ਕੁ ਰੀਜ਼ਨ ਕਰਕੇ, ਮੇਰੀ ਫਿਜ਼ੀਕਲ ਅਪੀਅਰੈਂਸ ਕਰਕੇ ਸ਼ੌਂਕ ਮੇਰੇ ਥੋੜ੍ਹੇ ਥੋੜ੍ਹੇ ਦੱਬਦੇ ਜਾ ਰਹੇ ਸੀ, ਬਟ ਹੁਣ ਇੱਕ ਲਾਈਫ ਦੇ ਵਿੱਚ ਇੱਕ ਸਟੈਂਡ ਰੱਖ ਕੇ ਜਾਂ ਇੱਕ ਮੁਕਾਮ ਹਾਸਿਲ ਕਰਕੇ ਮੈਨੂੰ ਹੁਣ ਇਹ ਲੱਗਦਾ ਹੈ ਕਿ ਕੁਛ ਵੀ ਇੰਪੋਸੀਬਲ ਨਹੀਂ ਆ, ਅਤੇ ਮੈਂ ਜਿੰਨਾ ਆਪਣੇ ਕੰਮ ਵੱਲ ਵੀ ਧਿਆਨ ਦੇ ਰਹੀ ਹਾਂ, ਮੈਂ ਖੁਦ ਨੂੰ ਵੀ ਓਨਾ ਹੀ ਜ਼ਿਆਦਾ ਪਿਆਰ ਕਰਦੀ ਹਾਂ, ਅਤੇ ਮੈਂ ਆਪਣੀ ਲਾਈਫ ਨੂੰ ਓਨਾ ਇੰਜੋਏ ਵੀ ਕਰ ਰਹੀ ਹਾਂ। ਸੋ ਇਸ ਸਵੀਟ ਜੀ ਸਮਾਈਲ ਦੀ, ਮਤਲਬ ਜਿੰਨੀ ਵੀ ਪੋਸਟ ਦੇਖੋ ਨਾ, ਉਹ ਇੱਕ ਬਹੁਤ ਹੀ ਸਵੀਟ ਜੀ ਸਮਾਈਲ ਹੁੰਦੀ ਹੈ, ਕੌਨਫੀਡੈਂਟ ਸਮਾਈਲ ਹੁੰਦੀ ਹੈ, ਮਤਲਬ ਉਹ ਫੇਸ ਦੇਖ ਕੇ ਨਾ ਖੁਦ ਨੂੰ ਵੀ ਲੱਗਦਾ ਕਿ ਹਾਏ ਯਾਰ ਸੋ ਕਿਊਟ, ਮਤਲਬ ਇੰਨੀ ਸਮਾਈਲ, ਇੰਨੀ ਪੋਜ਼ਿਟਿਵਿਟੀ। ਸਭ ਤੋਂ ਪਹਿਲਾਂ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਔਰ ਹਰ ਪੋਸਟ ਦੇ ਵਿੱਚ ਇੱਕ ਸਵੀਟ ਜੀ ਸਮਾਈਲ ਔਰ ਪੋਸਟ ਦੇਣ ਦੇ ਲਈ ਇੱਕ ਉਹ ਚਾਹੀਦਾ ਹੁੰਦਾ ਨਾ, ਇੱਕ ਔਰਾ ਚਾਹੀਦਾ ਹੁੰਦਾ, ਇੱਕ ਮੋਟੀਵੇਸ਼ਨ ਚਾਹੀਦੀ ਹੁੰਦੀ, ਉਹ ਕਿਵੇਂ ਆਉਂਦੀ ਹੈ? ਸੈਲਫ ਐਕਸੈਪਟੈਂਸ। ਸੈਲਫ ਐਕਸੈਪਟੈਂਸ, ਬਿਲਕੁਲ ਸਹੀ ਗਿਆ ਕਿ ਮਤਲਬ ਜਦੋਂ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰ ਰਿਹਾ ਨਾ ਕਿ ਹਾਂਜੀ ਤੁਸੀਂ ਉਸ ਮੁਕਾਮ 'ਤੇ ਵੀ ਪਹੁੰਚ ਲਿਆ, ਆਪਣੀ ਸਕਸੈਸ ਵੀ ਦੇਖ ਲਈ, ਰਾਈਟ? ਅਤੇ ਹੁਣ ਐਡਵੋਕੇਸੀ ਦੇ ਬਾਰੇ ਅਸੀਂ ਫਿਰ ਤੋਂ ਉੱਥੇ ਜਾਂਦੇ ਹਾਂ ਕਿ ਵਾਇਰਲ ਤਾਂ ਤੁਸੀਂ ਚੱਲ ਰਹੇ ਹੋ, ਰੀਲਸ ਵੀ ਬਣ ਰਹੀ ਹੈ ਬੈਕ ਟੂ ਬੈਕ, ਇਹ ਨਾ ਇੰਸਟਾਗ੍ਰਾਮ 'ਤੇ ਫੋਲੋਅਰਸ ਵੀ ਨੇ ਤੁਹਾਡੇ, ਹਾਲ ਹੀ ਦੇ ਵਿੱਚ ਤੁਸੀਂ 200 ਫੋਲੋਅਰਸ ਕ੍ਰੋਸ ਕੀਤੇ, ਜਿਸ ਸੈਲੀਬ੍ਰੇਸ਼ਨ ਵੀ 200K ਫੋਲੋਅਰਸ ਇਹਨਾਂ ਨੇ ਕ੍ਰੋਸ ਕੀਤੇ, ਉਹਦੀ ਸੈਲੀਬ੍ਰੇਸ਼ਨ ਵੀ ਕੀਤੀ ਆਪਣੀ ਫੈਮਿਲੀ ਦੇ ਨਾਲ। ਸੋ ਕਦੋਂ ਤੁਸੀਂ ਡਿਸਾਈਡ ਕੀਤਾ ਸੀ ਕਿ ਹਾਂਜੀ ਹੁਣ ਨਾ ਜੋ ਚੀਜ਼ਾਂ ਰਹਿ ਗਈਆਂ, ਜੋ ਨੈਗੇਟਿਵਿਟੀ ਲੋਕਾਂ ਵੱਲੋਂ ਇਹਨਾਂ ਸਾਰੀ ਚੀਜ਼ਾਂ ਤੋਂ ਆ ਰਹੀਆਂ, ਮੈਂ ਪਿੱਛੇ ਛੱਡ ਹੀ ਦੇਣੀ ਆ, ਅਤੇ ਮੈਂ ਹੁਣ ਆਪਣੀ ਲਾਈਫ ਨੂੰ ਆਪਣੇ ਲਈ ਸੁਧਾਰਨਾ, ਕਿਸੇ ਲਈ ਨਹੀਂ ਸੁਧਾਰਨਾ? ਆਫਟਰ ਮਾਈ ਬੋਰਡ ਐਗਜ਼ਾਮਸ। ਅੱਛਾ ਜੀ। ਕਿਉਂਕਿ ਉਸ ਤੋਂ ਪਹਿਲਾਂ ਤਾਂ ਮੈਂ ਲਾਈਫ ਤੋਂ ਬਿਲਕੁਲ ਹੀ ਹਾਰ ਮੰਨ ਚੁੱਕੀ ਸੀ ਕਿ ਮੈਂ ਲਾਈਫ ਦੇ ਵਿੱਚ ਕੁਛ ਕਰਨਾ ਹੀ ਨਹੀਂ, ਬਟ ਇੱਕ ਟਾਈਮ ਮੇਰੇ 'ਤੇ ਇੱਦਾਂ ਦਾ ਸੀ ਕਿ ਮੇਰੇ ਕੋਲ ਸਿਰਫ ਦੋ ਆਪਸ਼ਨ ਹੀ ਸੀ। ਮੈਨੂੰ ਦਿਖ ਰਿਹਾ ਸੀ ਜਾਂ ਤਾਂ ਮੈਂ ਕੁਛ ਕਰਕੇ ਦਿਖਾਵਾਂ, ਅਤੇ ਜਾਂ ਫਿਰ ਸਾਰੀ ਜ਼ਿੰਦਗੀ ਮੈਂ ਇੱਕ ਹੀ ਰੂਮ ਦੇ ਵਿੱਚ ਬੈਠੀ ਰਹਾਂ, ਬਟ ਮੈਂ ਕਦੇ ਵੀ ਹਾਰ ਮੰਨਣ ਵਾਲਿਆਂ 'ਚੋਂ ਨਹੀਂ ਸੀ। ਗਿਵ ਵਰਡ ਤਾਂ ਮੇਰੀ ਡਿਕਸ਼ਨਰੀ ਦੇ ਵਿੱਚ ਹੀ ਨਹੀਂ ਸੀ, ਅਤੇ ਫਿਰ ਮੈਂ ਸੋਚਿਆ ਕਿ ਮੇਰੀ ਲਾਈਫ ਦੇ ਵਿੱਚ, ਮੇਰੇ ਵਿੱਚ ਸਭ ਤੋਂ ਜ਼ਿਆਦਾ ਘੱਟ ਕੌਨਫੀਡੈਂਸ ਸੀ, ਅਤੇ ਮੈਂ ਆਪਣੇ ਕੌਨਫੀਡੈਂਸ ਨੂੰ ਕਿੱਦਾਂ ਬੂਸਟ ਕਰ ਸਕਦੀ, ਅਤੇ ਫਿਰ ਮੈਂ ਲੋਅ ਫੀਲਡ ਬਾਰੇ ਸੋਚਿਆ, ਬਿਕੋਜ਼ ਲੋਅ ਫੀਲਡ ਇੱਕ ਇੱਦਾਂ ਦੀ ਆ ਜਿੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਤੁਹਾਡਾ ਕੌਨਫੀਡੈਂਸ, ਅਤੇ ਜੇ ਤੁਹਾਡੇ ਅੰਦਰ ਕੌਨਫੀਡੈਂਸ ਆ, ਤੁਸੀਂ
ਖੁਦ ਨੂੰ ਇੰਨਾ ਪਿਆਰ ਕਰਦੇ ਹੋ ਲੋਕਾਂ ਦੇ ਓਪੀਨੀਅਨਸ ਮੈਟਰ ਨਹੀਂ ਕਰਦੇ ਤੁਸੀਂ ਲਾਈਫ ਦੇ ਵਿੱਚ ਕੋਈ ਵੀ ਮੁਕਾਮ ਹਾਸਿਲ ਕਰ ਸਕਦੇ ਹੋ ਤੋ ਲਾਅ ਦੇ ਵੱਲ ਜਾਣ ਤੋਂ ਪਹਿਲੇ ਤੁਸੀਂ ਕੁਛ ਹੋਰ ਵੀ ਸੋਚਿਆ ਸੀ ਆਪਣੀ ਲਾਈਫ ਨੂੰ ਲੈ ਕੇ ਕਿ ਮੈਂ ਆਹ ਬਣਨਾ ਚਾਹੁੰਦੀ ਹਾਂ ਵੱਡੇ ਹੋ ਕੇ ਬਿਲਕੁਲ ਜਿੱਦਾਂ ਕਿ ਬਚਪਨ ਦੇ ਵਿੱਚ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਆਪਾਂ ਛੋਟੇ ਹੁੰਦੇ ਤੇ ਸੋਚ ਲੈਂਦੇ ਕਿ ਵੱਡੇ ਹੋ ਕੇ ਆਪਾਂ ਇਨਸਪੀਰੇਸ਼ਨ ਆ ਜਾਂਦੀ ਹੈ ਕਿ ਹਾਂਜੀ ਅਸੀਂ ਆਹ ਬਣਾਂਗੇ ਕਿਸੇ ਦੇ ਸੁਪਨੇ ਹੁੰਦੇ ਨੇ ਤੇ ਮੇਰਾ ਬਚਪਨ ਤੋਂ ਸੁਪਨਾ ਸੀ ਕਿ ਮੈਂ 에어 ਹੋਸਟਸ ਬਣਨਾ ਮੈਂ ਖੁੱਲੇ ਅਸਮਾਨ ਦੇ ਉੱਪਰ ਉੱਡਣਾ ਚਾਹੁੰਦੀ ਹੁੰਦੀ ਸੀ ਕਿ ਮੈਨੂੰ ਸੀ ਕਿ ਮੈਂ ਉੱਥੇ ਤੱਕ ਪਹੁੰਚਾਂ ਜਿੱਥੇ ਕੋਈ ਨਾ ਪਹੁੰਚ ਸਕੇ ਬਟ ਇਹ ਸੁਪਨਾ ਮੇਰਾ ਅਧੂਰਾ ਰਹਿ ਗਿਆ ਬਿਕਾਜ਼ ਫਿਜ਼ੀਕਲ ਅਪੀਅਰੈਂਸ 에어 ਹੋਸਟਸ ਲਈ ਸਭ ਤੋਂ ਜ਼ਿਆਦਾ ਮੈਟਰ ਕਰਦੀ ਆ ਤੇ ਸਭ ਤੋਂ ਪਹਿਲਾਂ ਤਾਂ ਹਾਈਟ ਹੀ ਆਉਂਦੀ ਆ ਬਿਕਾਜ਼ ਅੱਜ ਕੱਲ੍ਹ ਕੋਈ ਫੀਲਡ ਦੇ ਵਿੱਚ ਚਲੇ ਜਾਓ ਕਿਸੇ ਜੋਬ ਲਈ ਚਲੇ ਜਾਓ ਕੋਈ ਸ਼ੋਅ ਹੋਵੇ ਕੁਛ ਵੀ ਹੋਵੇ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਨੀਡ ਹੁੰਦੀ ਆ ਉਹ ਹਾਈਟ ਹੀ ਹੁੰਦੀ ਆ ਰਿਕੁਆਇਰਮੈਂਟ ਸਭ ਤੋਂ ਪਹਿਲਾਂ ਹਾਈਟ ਹੁੰਦੀ ਆ ਤੇ ਉਹ ਸੁਪਨਾ ਮੇਰਾ ਟੁੱਟ ਗਿਆ ਤੇ ਉਸ ਤੋਂ ਬਾਅਦ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਲਾਈਫ ਦੇ ਵਿੱਚ ਮੈਂ ਕਦੇ ਇੱਦਾਂ ਦਾ ਕੁਛ ਕਰੂੰਗੀ ਕਿ ਮੈਂ ਲੋਕਾਂ ਲਈ ਇਨਸਪੀਰੇਸ਼ਨ ਮੈਂ ਹਾਰਦੀ ਗਈ ਮੈਂ ਟੁੱਟਦੀ ਰਹੀ ਮੈਂ ਆਪਣਾ ਦੁੱਖ ਆਪਣੇ ਅੰਦਰ ਹੀ ਰੱਖਦੀ ਰਹੀ ਬਹੁਤ ਜ਼ਿਆਦਾ ਨੈਗੇਟਿਵ ਹੋ ਗਈ ਸੀ ਇੱਕ ਟਾਈਮ 'ਤੇ ਮੈਂ ਅਤੇ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਲਾਈਫ 'ਚ ਕਦੇ ਕੁਛ ਕਰ ਪਾਊਂਗੀ ਕਿਉਂਕਿ ਇੱਕ ਨੈਗੇਟਿਵਿਟੀ ਉਹ ਸੀ ਜੋ ਮੈਨੂੰ ਖੁਦ ਤੋਂ ਹੀ ਆ ਰਹੀ ਸੀ ਕੁਛ ਨੈਗੇਟਿਵਿਟੀ ਮੈਨੂੰ ਲੋਕਾਂ ਤੋਂ ਵੀ ਓਬਵੀਅਸਲੀ ਬਿਕਾਜ਼ ਉਹ ਮਤਲਬ ਸਪੋਰਟ ਤੁਹਾਨੂੰ ਘੱਟ ਕਰਦੇ ਨੇ ਬਟ ਤੁਹਾਡੀਆਂ ਲੱਤਾਂ ਜ਼ਿਆਦਾ ਖਿੱਚਦੇ ਨੇ ਉਹਨਾਂ ਨੇ ਛੋਟੀ ਜਿਹੀ ਖਮੀ ਚਾਹੀਦੀ ਹੁੰਦੀ ਹੈ ਕਿ ਉਹ ਲੈਣ ਤੇ ਉਹ ਖੁਦ ਨਹੀਂ ਦੇਖਦੇ ਕਿ ਉਹਨਾਂ ਦੇ ਵਿੱਚ ਕੀ ਕਮੀਆਂ ਨੇ ਬਟ ਉਹਨਾਂ ਨੂੰ ਦੂਜੇ ਬੰਦੇ 'ਚ ਕਮੀਆਂ ਹਮੇਸ਼ਾ ਹੀ ਜ਼ਿਆਦਾ ਦਿਖਦੀਆਂ ਨੇ ਤੇ ਅਕਸਰ ਹੀ ਮੈਨੂੰ ਇਹ ਟੌਂਟ ਸੁਣਨ ਨੂੰ ਮਿਲਦੇ ਸੀ ਕਿ ਤੂੰ ਲਾਈਫ 'ਚ ਕੀ ਕਰੇਂਗੀ ਤੇਰੀ ਹਾਈਟ ਛੋਟੀ ਆ ਜਾਂ ਤੂੰ ਮਤਲਬ ਬਹੁਤ ਕੁਛ ਸੀ ਉਹ ਤੇ ਉਹ ਗੱਲਾਂ ਹਮੇਸ਼ਾ ਹੀ ਮੇਰੇ ਦਿਲ ਦੇ ਵਿੱਚ ਹੁੰਦੀਆਂ ਸੀ ਮੈਂ ਬਹੁਤ ਜ਼ਿਆਦਾ ਨੈਗੇਟਿਵ ਹੋ ਜਾਂਦੀ ਸੀ ਨਹੀਂ ਇਸ ਇਹ ਸਟਰੋਂਗ ਪੁਆਇੰਟ ਰਿਹਾ ਮੇਰਾ ਹੁਣ ਤੱਕ ਦਾ ਕਿ ਅੱਜ ਤੱਕ ਮੈਂ ਆਪਣੇ ਪੇਰੈਂਟਸ ਨੂੰ ਕਦੇ ਕੁਛ ਨਹੀਂ ਦੱਸਿਆ ਕਿ ਮੈਂ ਕੀ ਫੇਸ ਕਰ ਰਹੀ ਹਾਂ ਮੈਂ ਹਮੇਸ਼ਾ ਵਾਸ਼ਰੂਮ ਦੇ ਵਿੱਚ ਲੁੱਕ ਲੁੱਕ ਕੇ ਰੋਂਦੀ ਰਹੀ ਹਾਂ ਜਾਂ ਮੈਂ ਸਾਰੀ ਰਾਤ ਆਪਣੇ ਰੂਮ 'ਚ ਰੋ ਲੈਣਾ ਬਟ ਕਦੇ ਪੇਰੈਂਟਸ ਸਾਹਮਣੇ ਨਹੀਂ ਬਿਕਾਜ਼ ਬੀਇੰਗ ਅ ਪੇਰੈਂਟ ਮੇਰੇ ਨਾਲੋਂ ਜ਼ਿਆਦਾ ਫਿਕਰ ਉਹਨਾਂ ਨੂੰ ਆ ਜੇ ਮੈਂ ਵੀ ਰੋਜ਼ ਉਹਨਾਂ ਨੂੰ ਆ ਕੇ ਦੱਸਾਂ ਕਿ ਅੱਜ ਕਿਸੇ ਨੇ ਮੈਨੂੰ ਆਹ ਕਹਿ ਦਿੱਤਾ ਅੱਜ ਕਿਸੇ ਨੇ ਮੇਰਾ ਇੱਦਾਂ ਮਜ਼ਾਕ ਉਡਾਇਆ ਤਾਂ ਉਹਨਾਂ ਦੀ ਟੈਨਸ਼ਨ ਹੋਰ ਵੱਧ ਜਾਣੀ ਅਤੇ ਮੈਂ ਖੁਦ ਨੂੰ ਸ਼ੁਰੂ ਤੋਂ ਹੀ ਬੋਝ ਮੰਨਦੀ ਆਈ ਹਾਂ ਆਪਣੇ ਪੇਰੈਂਟਸ ਦੇ ਉੱਤੇ ਅਤੇ ਉਹ ਗੱਲਾਂ ਦੱਸ ਕੇ ਆਈ ਥਿੰਕ ਮੈਂ ਉਹਨਾਂ ਦੀ ਟੈਨਸ਼ਨ ਹੋਰ ਵਧਾ ਦਿੰਦੀ ਜੋ ਕਿ ਮੈਂ ਬਿਲਕੁਲ ਨਹੀਂ ਚਾਹੁੰਦੀ ਸੀ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਰਾਣੀਆਂ ਵਾਂਗ ਰੱਖਿਆ ਆ ਮੈਂ ਇੰਨੀ ਜ਼ਿਆਦਾ ਲਾਡਲੀ ਹਾਂ ਕਿ ਜੇ ਮੈਂ ਹੁਣ ਕੋਈ ਚੀਜ਼ ਮੰਗਾਂ ਉਸੇ ਟਾਈਮ ਹਾਜ਼ਰ ਹੁੰਦੀ ਸੀ ਅਤੇ ਜਿਸ ਕਰਕੇ ਮੈਂ ਬਹੁਤ ਫਾਇਦਾ ਵੀ ਬਹੁਤ ਚੁੱਕਿਆ ਅਤੇ ਮੇਰੇ ਬ੍ਰਦਰ ਨੂੰ ਹਮੇਸ਼ਾ ਤੋਂ ਹੀ ਗਾਲਾਂ ਪੈਂਦੀਆਂ ਰਹੀਆਂ ਕਿ ਕੁਛ ਵੀ ਕਰ ਤੇਰੀਆਂ ਸਾਰੀਆਂ ਗਲਤੀਆਂ ਮਾਫ਼ ਆ ਬਸ ਤੇਰੇ ਕਰਕੇ ਕੁੜੀ ਨਹੀਂ ਰੋਣੀ ਚਾਹੀਦੀ ਕੁੜੀ ਨੂੰ ਕੁਛ ਨਹੀਂ ਕਹਿਣਾ ਬਿਲਕੁਲ ਸਫ਼ਰ ਚੱਲ ਰਿਹਾ ਕਿਉਂਕਿ ਆਨਲਾਈਨ ਜੇ ਦੇਖੋ ਨਾ ਗਲੈਮ ਫੁੱਲ ਔਨ ਇਹ ਰੈਡੀ ਹੋ ਕੇ ਆਲ ਟਾਈਮ ਰੈਡੀ ਹੁੰਦੇ ਆ ਅਤੇ ਉੱਥੇ ਸਾਨੂੰ ਵੀ ਇੰਸਪੀਰੇਸ਼ਨ ਮਿਲ ਰਹੀ ਸੀ ਕਿ ਜੇ ਇਹ ਰੈਡੀ ਇੱਦਾਂ ਹੋ ਰਿਹਾ ਰੋਜ਼ ਰੋਜ਼ ਇਹਨਾਂ ਨੂੰ ਮੋਟੀਵੇਸ਼ਨ ਆ ਰਹੀ ਕਿ ਤਿਆਰ ਹੋ ਕੇ ਨਵੇਂ ਸੂਟ ਪਾ ਕੇ ਅਸੀਂ ਪੋਸਟ ਕਰੀਏ ਤਾਂ ਸਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਸੋ ਇੱਥੇ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦੀ ਤੁਸੀਂ ਕਿਹਾ ਕਿ ਆਸ ਪਾਸ ਦੇ ਲੋਕ ਕਾਫੀ ਜ਼ਿਆਦਾ ਤੁਹਾਡੀ ਲੱਤਾਂ ਖਿੱਚਦੇ ਨੇ ਕਿ ਤੁਹਾਡੀ ਹਾਈਟ ਕਰਕੇ ਇੱਕ ਰਿਸਟ੍ਰਿਕਸ਼ਨ ਸੀਗੀ ਉਹਨਾਂ ਨੇ ਉਸ ਚੀਜ਼ ਦਾ ਇੱਕ ਮੁੱਦਾ ਬਣਾ ਲਿਆ ਇਹ ਚੀਜ਼ ਜੇ ਅਸੀਂ ਕਹੀ ਕਿਸੇ ਹੋਰ ਸ਼ਖਸ 'ਚ ਹੁੰਦੀ ਜਿੱਦਾਂ ਕਿਸੇ ਆਦਮੀ 'ਚ ਹੁੰਦੀ ਤਾਂ ਉਸਨੂੰ ਕਿਹਾ ਜਾਂਦਾ ਕਿ ਇਹਦੇ ਵਿੱਚ ਕਮੀ ਹੈ ਤੈਨੂੰ ਇਹਨੂੰ ਓਵਰਕਮ ਕਰਕੇ ਨਾ ਜ਼ਿੰਦਗੀ ਦੇ ਵਿੱਚ ਬਾਹਰ ਆਉਣਾ ਘਰੋਂ ਬਾਹਰ ਨਿਕਲਣਾ ਤੈਨੂੰ ਆਪਣੀ ਰੋਜ਼ੀ ਰੋਟੀ ਕਮਾਉਣੀ ਹੈ ਤੂੰ ਘਰ ਦਾ ਬ੍ਰੈਡ ਅਰਨਰ ਆ ਤੈਨੂੰ ਘਰ ਦੇ ਲਈ ਰੋਟੀ ਲਿਆਉਣੀ ਪੈਣੀ ਬਟ ਕੁੜੀਆਂ ਦੇ ਲਈ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਜੇ ਕੁੜੀਆਂ ਕੋਈ ਇਹ ਚੀਜ਼ ਨਹੀਂ ਹੈਗੀ ਤਾਂ ਤੁਹਾਡੇ ਲਈ ਇੱਕ ਆਪਸ਼ਨ ਤਾਂ ਹੈਗਾ ਹੀ ਆ ਕਿ ਤੁਸੀਂ ਘਰ ਬਹਿ ਜਾਓ ਵਿਆਹ ਕਰਾ ਦਿੰਦੇ ਆ ਘਰ ਬਹਿ ਕੇ ਘਰ ਚੁੱਲਾ ਚੌਂਕਾ ਸਾਂਭੋ ਇਹੀ ਤੁਹਾਡੇ ਲਈ ਇਹ ਪ੍ਰੈਸ਼ਰ ਮੇਰੇ 'ਤੇ ਵਿਆਹ ਨੂੰ ਲੈ ਕੇ ਵੀ ਬਹੁਤ ਰਿਹਾ ਰਿਸ਼ਤੇਦਾਰਾਂ ਵੱਲੋਂ ਵੀ ਬਹੁਤ ਟੌਂਟ ਮਿਲਦੇ ਸੀ ਕਿ ਇਹਦੇ ਲਈ ਤੁਸੀਂ ਮੁੰਡਾ ਕਿੱਦਾਂ ਲੱਭੋਗੇ ਤੇ ਟੂ ਬੀ ਓਨੈਸਟ ਜੇ ਮੈਂ ਅੱਜ ਇਸ ਮੁਕਾਮ 'ਤੇ ਹਾਂ ਤਾਂ ਹੁਣ ਰਿਸ਼ਤਿਆਂ ਦੀ ਲਾਈਨ ਲੱਗੀ ਪਈ ਆ ਅਤੇ ਹੁਣ ਮੈਂ ਨਾ ਕਰਦੀ ਹਾਂ ਕਿ ਮੈਂ ਹਜੇ ਆਪਣੀ ਲਾਈਫ ਨੂੰ ਹੋਰ ਇੰਪਰੂਵ ਜਦੋਂ ਤੁਸੀਂ ਇੱਕ ਮੁਕਾਮ 'ਤੇ ਹੁੰਦੇ ਹੋ ਤੇ ਫਿਰ ਲੋਕ ਖੁਦ ਆਉਂਦੇ ਆ ਤੁਹਾਡੇ ਕੋਲ ਫਿਰ ਤੁਹਾਨੂੰ ਉਹਨਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਉਹੀ ਨਾ ਕਹਿੰਦੇ ਕਿ ਇਹ ਰਿਸ਼ਤੇਦਾਰ ਜਾਂ ਆਸ ਪਾਸ ਵਾਲੇ ਲੋਕ ਜ਼ਰੂਰ ਕਹਿੰਦੇ ਸਾਡੇ ਪੇਰੈਂਟਸ ਦੇ ਦਿਲਾਂ ਦੇ ਵਿੱਚ ਅਜਿਹਾ ਕੁਛ ਨਹੀਂ ਹੁੰਦਾ ਤੇ ਉਹਨਾਂ ਨੇ ਜਦੋਂ ਤੁਸੀਂ ਕਿਹਾ ਕਿ ਹਾਂ ਮੈਂ ਲੋਕ ਕਰਨੀ ਕੀ ਰਿਐਕਸ਼ਨ ਸੀ ਤੁਹਾਡੇ ਫਾਦਰ ਦਾ ਜਾਂ ਤੁਹਾਡੇ ਮਦਰ ਦਾ ਮੰਮਾ ਪਾਪਾ ਨੂੰ ਜਿੱਦਾਂ ਕਿ ਮੈਂ ਉਹਨਾਂ ਨਾਲ ਕਦੇ ਖੁੱਲ੍ਹ ਕੇ ਸ਼ੇਅਰ ਤਾਂ ਨਹੀਂ ਕੀਤਾ ਕਿ ਮੈਂ ਆਹ ਚੀਜ਼ਾਂ ਫੇਸ ਕਰ ਰਹੀ ਹਾਂ ਬਟ ਉਹਨਾਂ ਨੂੰ ਇਹ ਪਤਾ ਸੀ ਕਿ ਮੈਂ ਡਰਦੀ ਹਾਂ ਈਵਨ ਬਹੁਤ ਫੈਮਿਲੀ ਫੰਕਸ਼ਨਸ ਵੀ ਇੱਦਾਂ ਦੇ ਹੁੰਦੇ ਸੀ ਕਿ ਮੈਂ ਨਾ ਕਰ ਦਿੰਦੀ ਹੁੰਦੀ ਸੀ ਸਿਰਫ ਆਪਣੇ ਡਰ ਕੇ ਡਰ ਕਰਕੇ ਕਿ ਮੈਂ ਜੇ ਕਿਤੇ ਜਾਂਦੀ ਹਾਂ ਅਤੇ ਪੇਰੈਂਟਸ ਨੂੰ ਬਹੁਤ ਕੁਛ ਸੁਣਨ ਨੂੰ ਮਿਲਦਾ ਹੁੰਦਾ ਸੀ ਪੁਆਇੰਟ ਆਊਟ ਹੁੰਦੇ ਬਹੁਤ ਜ਼ਿਆਦਾ ਹੈ ਨਾ ਕਿ ਉਹਨਾਂ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਕੁੜੀਆਂ ਤਾਂ ਵੈਸੇ ਹੀ ਬਹੁਤ ਲੰਬੀਆਂ ਹੁੰਦੀਆਂ ਤੁਹਾਡੀ ਕੁੜੀ 'ਚ ਕੀ ਕਮੀਆਂ ਜਾਂ ਕੁਛ ਅਤੇ ਉਹ ਚੀਜ਼ਾਂ ਜਦੋਂ ਮੇਰੇ ਸਾਹਮਣੇ ਹੁੰਦੀਆਂ ਸੀ ਅਤੇ ਉਹ ਮੈਨੂੰ ਫੀਲ ਹੁੰਦੀਆਂ ਸੀ ਅਤੇ ਮੈਂ ਜਾਣਾ ਬੰਦ ਕਰਤਾ ਸੀ ਫੈਮਿਲੀ ਫੰਕਸ਼ਨਸ ਦੇ ਵਿੱਚ ਚਲੋ ਪੇਰੈਂਟਸ ਨੂੰ ਐਟਲੀਸਟ ਤੁਸੀਂ ਉਹਨਾਂ ਦੇ ਲਈ ਉਸੇ ਵੇਲੇ ਸਟੈਂਡ ਲੈਣਾ ਕਿਉਂਕਿ ਉਹਨਾਂ ਨੂੰ
ਐਂਬੈਰਸਮੈਂਟ ਨਾ ਹੋ ਲੱਗੇ। ਮੈਨੂੰ ਤਾਂ ਗੁੱਸਾ ਵੀ ਬਹੁਤ ਆਉਂਦਾ ਹੁੰਦਾ ਸੀ, ਬਟ ਮੈਨੂੰ ਹਮੇਸ਼ਾ ਮੰਮਾ ਨੇ ਇਹ ਗੱਲ ਸਿਖਾਈ ਆ ਕਿ ਤੂੰ ਜਵਾਬ ਨਹੀਂ ਦੇਣਾ, ਜਦੋਂ ਅਸੀਂ ਨਹੀਂ ਜਵਾਬ ਦਿੰਦੇ ਤੇ ਸਾਡਾ ਰੱਬ ਜਵਾਬ ਦਿੰਦਾ ਆ। ਤੇ ਉਹ ਚੀਜ਼ਾਂ ਮੈਂ ਹੁਣ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕਰ ਰਹੀ ਹਾਂ ਕਿ ਮੈਂ ਨਹੀਂ ਜਵਾਬ ਦਿੱਤਾ ਤੇ ਸੱਚੀ ਹੁਣ ਰੱਬ ਨੇ ਬਾਂਹ ਫੜੀ ਹੋਈ ਆ, ਬਾਂਹ ਫੜੀ ਹੋਈ ਆ। ਤੇ ਜਦੋਂ ਮੈਂ ਪਾਪਾ ਨੂੰ ਦੱਸਿਆ, ਮੈਂ ਆਰਟ ਸਟੂਡੈਂਟ ਹਾਂ, ਤੇ ਉਹ ਮੇਰਾ ਰੀਜ਼ਨ ਇਹ ਸੀ ਕਿ ਮੈਨੂੰ ਸੀ ਕਿ ਮੈਂ ਫਰਦਰ ਸਟੱਡੀਜ਼ ਨਹੀਂ ਕਰਨੀਆਂ ਤੇ ਮੈਂ ਆਪਣੀ ਪੜ੍ਹਾਈ ਛੱਡ ਦੇਣੀ ਆ ਵਿੱਚ ਹੀ, ਮੈਂ ਪਲੱਸ ਟੂ ਕਰੂੰਗੀ, ਇਹ ਮੈਡੀਕਲ ਨੋਨ ਮੈਡੀਕਲ ਕਰਨ ਦਾ ਫਾਇਦਾ ਨਹੀਂ ਆ, ਇੰਨਾ ਬੋਝ ਪਾਉਣ ਦਾ ਜਦ ਮੈਂ ਅੱਗੇ ਕੁਛ ਕਰਨਾ ਹੀ ਨਹੀਂ ਆ। ਤੇ ਪਾਪਾ ਵਾਸ ਥਿੰਕਿੰਗ ਕਿ ਮੈਂ ਮੈਡੀਕਲ ਸਟੂਡੈਂਟ ਬਣੂੰਗੀ ਜਾਂ ਮੈਂ ਅੱਗੇ ਕੁਛ ਕਰੂੰਗੀ, ਬਟ ਮੇਰਾ ਕੁਛ ਇੱਦਾਂ ਦਾ ਨਹੀਂ ਪਲੈਨ ਸੀ। ਤੇ ਮੈਂ ਪਾਪਾ ਡਿਊਟੀ 'ਤੇ ਸੀ, ਮੈਂ ਉਹਨਾਂ ਨੂੰ ਕਾਲ ਕੀਤੀ ਕਿ ਮੈਂ ਕੱਲ੍ਹ ਐਡਮਿਸ਼ਨ ਕਰਾਉਣੀ ਆ ਪਲੱਸ ਵਨ ਦੇ ਵਿੱਚ ਅਤੇ ਮੈਂ ਆਰਟਸ ਰੱਖਣੀ ਆ। ਉਹਨਾਂ ਨੇ ਮੈਨੂੰ ਕਿਹਾ ਕਿ ਆਰਟਸ ਕਰਨ ਨਾਲੋਂ ਤੂੰ ਘਰੇ ਬਹਿ ਜਾ, ਤੂੰ ਨਾ ਹੀ ਪੜ੍ਹ। ਅਤੇ ਉਹ ਚੀਜ਼ ਮੈਨੂੰ ਮਤਲਬ ਬੜੀ ਬੁਰੀ ਲੱਗੀ, ਹੈ ਨਾ, ਕਿਉਂਕਿ ਉਹਨਾਂ ਨੇ ਮੇਰਾ ਉਹ ਜਿਹੜਾ ਡਰ ਸੀ, ਉਹਨਾਂ ਨੂੰ ਉਸ ਟਾਈਮ ਉਹ ਨਹੀਂ ਪਤਾ ਸੀ ਕਿ ਮੈਂ ਕੀ ਚਾਹੁੰਦੀ ਹਾਂ ਕੁਛ, ਹੈ ਨਾ। ਬਟ ਮੰਮਾ ਨੇ ਮੈਨੂੰ ਬਹੁਤ ਸਪੋਰਟ ਕੀਤੀ, ਮੰਮਾ ਕਹਿੰਦੇ ਕੋਈ ਗੱਲ ਨਹੀਂ, ਉਹਨਾਂ ਨੂੰ ਹਜੇ ਨਹੀਂ ਪਤਾ ਤੇਰੀਆਂ ਗੱਲਾਂ, ਮੈਂ ਸਾਰਾ ਦਿਨ ਤੇਰੇ ਨਾਲ ਰਹਿੰਦੀ, ਮੈਨੂੰ ਪਤਾ ਤੂੰ ਕੀ ਫੇਸ ਕਰਦੀ ਆ। ਅਤੇ ਉਹਨਾਂ ਨੇ ਮੈਨੂੰ ਇੰਨੀ ਗੱਲ ਬੋਲੀ ਅਤੇ ਮੈਂ ਮਤਲਬ ਬਹੁਤ ਫੀਲ ਹੋਇਆ ਮੈਨੂੰ ਕਿ ਮੇਰਾ ਡਰ ਜਿਹੜਾ ਉਹ ਮੇਰੇ ਅੰਦਰ ਹੀ ਸੀ। ਅਤੇ ਉਹ 2 ਸਾਲ ਮੈਂ ਬਹੁਤ ਔਖੇ ਕੱਟੇ ਆ, ਮੈਂ ਸਕੂਲ ਤੋਂ ਛੁੱਟੀਆਂ ਵੀ ਬਹੁਤ ਕੀਤੀਆਂ, ਮੈਨੂੰ ਹੁੰਦਾ ਸੀ ਬਸ ਪਲੱਸ ਟੂ ਹੋ ਗਈ ਅਤੇ ਫਿਰ ਮੈਂ ਘਰ ਹੀ ਬੈਠੂੰਗੀ। ਬਟ ਫਿਰ ਜਸਟ ਫੋਰ ਦ ਸੇਕ ਆਫ ਕਿ ਤੁਸੀਂ ਪੜ੍ਹਨਾ ਹੈ, ਤੁਸੀਂ ਉਹ ਪਲੱਸ 1 ਪਲੱਸ 2 ਆਰਟਸ ਲੈ ਲਈ ਸੀ। ਬਸ ਹਾਂ, ਵੀ ਮਤਲਬ ਇਹ ਕੁਝ ਨਹੀਂ ਸੋਚਿਆ ਸੀ ਕਿ ਲਾਅ ਕਰਨਾ ਹੈ, ਕੀ ਕਰਨਾ। ਬਿਲਕੁਲ, ਮੈਨੂੰ ਸੀ ਕਿ ਬਸ ਮੈਂ ਕਿਸੇ ਵੀ ਤਰ੍ਹਾਂ ਬਸ ਇਹ 12ਵੀਂ ਕਰ ਲਵਾਂ, ਕਿਉਂਕਿ ਕਹਿੰਦੇ ਨਾ ਕਿ 10ਵੀਂ 12ਵੀਂ ਤੋਂ ਪੜ੍ਹਨਾ ਚਾਹੀਦਾ। ਹਾਂ ਬਿਲਕੁਲ, ਮੈਨੂੰ ਸੀ ਕਿ ਬਸ ਇੱਕ ਪਲੱਸ 2 ਵਾਲਾ ਟੈਗ ਜਿਹੜਾ ਉਹ ਮੈਨੂੰ ਮਿਲ ਜੇ, ਦੈਟਸ ਇਟ। ਬਟ ਇੱਦਾਂ ਹੀ ਇੱਕ ਦਿਨ ਘਰ ਦੇ ਵਿੱਚ ਕੋਈ ਗੱਲ ਚੱਲ ਰਹੀ ਸੀ, ਫੈਮਿਲੀ ਡਿਸਕਸ਼ਨ ਨੋਰਮਲ। ਅੱਜ ਤੱਕ ਮੇਰੇ ਪੇਰੈਂਟਸ ਮਤਲਬ ਲਾਅ ਤੋਂ ਪਹਿਲਾਂ ਕਦੇ ਮੇਰੇ ਪੇਰੈਂਟਸ ਨੇ ਮੈਨੂੰ ਪੁੱਛਿਆ ਨਹੀਂ ਸੀ ਕਿ ਮੇਰੇ ਫਿਊਚਰ ਪਲਾਨਸ ਕੀ ਨੇ, ਕਿਉਂਕਿ ਉਹਨਾਂ ਨੂੰ ਮੇਰੇ ਡਰ ਦਾ ਕਿਤੇ ਨਾ ਕਿਤੇ ਅੰਦਾਜ਼ਾ ਵੀ ਸੀਗਾ। ਉਹ ਤੁਹਾਨੂੰ ਹੋਰ ਘਬਰਾਉਣਾ ਨਹੀਂ, ਤੁਹਾਨੂੰ ਪ੍ਰੋਟੈਕਟ ਕਰਨ ਦਾ ਨਾ ਇੱਕ ਪੇਰੈਂਟਸ ਹੁੰਦਾ ਹੈ ਕਿਸੇ ਬੱਚੇ ਨੂੰ। ਹਾਂਜੀ, ਕਿਉਂਕਿ ਮੈਂ ਉਹਨਾਂ ਦੀ ਕਦੇ ਵੀ ਕੋਈ ਗੱਲ ਨੈਗੇਟਿਵ ਨਹੀਂ ਲਈ, ਕਿਉਂਕਿ ਮੈਨੂੰ ਪਤਾ ਆ ਕਿ ਉਹ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਕਰਦੇ ਆ ਰਹੇ ਨੇ ਅਤੇ ਮੈਨੂੰ ਪਿਆਰ ਵੀ ਬਹੁਤ ਕਰਦੇ ਨੇ। ਬ੍ਰਦਰ ਦੇ ਫਿਊਚਰ ਦੀ ਡਿਸਕਸ਼ਨ ਹੋ ਰਹੀ ਸੀ ਅਤੇ ਉਹ ਗੱਲਾਂ ਕਿਤੇ ਨਾ ਕਿਤੇ ਮੈਨੂੰ ਚੁੱਭੀਆਂ, ਉਹ ਮਤਲਬ ਉਹਨਾਂ ਵੱਲੋਂ ਕੁਛ ਨੈਗੇਟਿਵ ਨਹੀਂ ਸੀ, ਬਟ ਮੈਨੂੰ ਸੀ ਕਿ ਮੈਨੂੰ ਅੱਜ ਤੱਕ ਕਦੇ ਨਹੀਂ ਇਹਨਾਂ ਨੇ ਪੁੱਛਿਆ ਕਿ ਤੂੰ ਕੀ ਕਰਨਾ। ਬਟ ਫਿਰ ਮੈਂ ਇਹ ਵੀ ਸੋਚਿਆ ਕਿ ਮੈਂ ਕੀ ਕੀਤਾ ਅੱਜ ਤੱਕ ਜਿਹੜਾ ਉਹ ਮੈਨੂੰ ਇਹ ਚੀਜ਼ ਪੁੱਛਣ, ਮੈਂ ਵੀ ਨਹੀਂ ਕੋਈ ਸਟੈਪ ਲਿੱਤਾ। ਅਗਰ ਉਹਨਾਂ ਨੇ ਨਹੀਂ ਪੁੱਛਿਆ, ਗਲਤੀ ਤਾਂ ਮੇਰੀ ਆ ਕਿ ਮੈਂ ਉਹਨਾਂ ਨੂੰ ਕਦੇ ਇਹ ਚੀਜ਼ ਰਿਲਾਈਜ਼ ਹੀ ਨਹੀਂ ਕਰਾਈ ਕਿ ਮੈਂ ਵੀ ਕੁਛ ਕਰ ਸਕਦੀ ਹਾਂ ਆਪਣੇ ਆਪ ਨੂੰ ਲੈ ਕੇ। ਬਿਲਕੁਲ, ਜੇ ਮੈਂ ਖੁਦ ਆਪਣੇ ਆਪ ਨੂੰ ਲੈ ਕੇ ਨੈਗੇਟਿਵ ਹਾਂ, ਪੇਰੈਂਟਸ ਤਾਂ ਓਬਵੀਅਸਲੀ ਹੋਣਗੇ, ਉਹ ਮੇਰੇ 'ਤੇ ਬੋਝ ਪਾਉਣਗੇ ਨਹੀਂ। ਜਾਂ ਅਗਰ ਉਹ ਮੈਨੂੰ ਫੋਰਸ ਵੀ ਕਰਦੇ ਤਾਂ ਮੈਨੂੰ ਖੁਦ ਬੁਰਾ ਲੱਗੇਗਾ ਕਿ ਮੇਰੇ ਪੇਰੈਂਟਸ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਅਸੀਂ ਫਿਰ ਕੁੜੀਆਂ ਉਸ ਚੀਜ਼ ਨੂੰ ਨੈਗੇਟਿਵ ਵੀ ਲੈ ਜਾਂਦੀਆਂ ਕਿ ਪੇਰੈਂਟਸ ਪ੍ਰੈਸ਼ਰਾਈਜ਼ ਕਰ ਰਹੇ ਮੇਰਾ ਮਨ। ਬਟ ਮੈਂ ਉਹ ਹਰ ਇੱਕ ਚੀਜ਼ ਨੂੰ ਇੰਨਾ ਪੋਜ਼ਿਟਿਵ ਲਿਆ ਤੇ ਜਦੋਂ ਉਹਨਾਂ ਨੇ ਪੁੱਛਿਆ ਬ੍ਰਦਰ ਨੂੰ ਇਹ ਗੱਲ ਕਹੀ ਕਿ ਤੂੰ ਸਾਡਾ ਸਾਨੂੰ ਤੂੰ ਹੀ ਸਾਂਭਣਾ ਸਭ ਤੋਂ ਮਤਲਬ ਸਭ ਕੁਝ ਹੋਣ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਜਾਂ ਜਿੱਦਾਂ ਵੀ, ਕਿਉਂਕਿ ਆਪਣੇ ਇੰਡੀਅਨ ਸੋਸਾਇਟੀ ਦੇ ਵਿੱਚ ਹੁੰਦਾ ਹੀ ਆ ਕਿ ਮੁੰਡਿਆਂ ਨੂੰ ਹਮੇਸ਼ਾ ਪ੍ਰੈਫਰੈਂਸ ਕਿ ਮੁੰਡਿਆਂ ਨੂੰ ਪ੍ਰੈਫਰੈਂਸ ਮੁੰਡਿਆਂ ਨੂੰ ਰੈਡ ਅਰਨਰ ਆਫ ਦ ਫੈਮਿਲੀ ਕਿ ਉਹੀ ਕਮਾਉਣਗੇ ਤੇ ਉਹੀ ਸਾਨੂੰ ਸਾਂਭਣਗੇ। ਉਹ ਚੀਜ਼ ਮੈਨੂੰ ਬਹੁਤ ਜ਼ਿਆਦਾ ਪਿੰਚ ਕੀਤੀ ਕਿ ਮੁੰਡਾ ਹੀ ਕਿਉਂ ਸਾਂਭੂਗਾ, ਕੁੜੀ ਕਿਉਂ ਨਹੀਂ ਸਾਂਭ ਸਕਦੀ, ਮੇਰੇ 'ਚ ਇੱਦਾਂ ਦੀ ਕੀ ਕਮੀ, ਸਿਰਫ ਇੱਕ ਹਾਈਟ, ਉਹ ਤੋਂ ਇਲਾਵਾ ਕੀ ਕਮੀ ਆ, ਮੈਂ ਪੜ੍ਹ ਸਕਦੀ ਹਾਂ, ਮੈਂ ਕੁਛ ਵੀ ਗੇਨ ਕਰ ਸਕਦੀ ਹਾਂ, ਅਤੇ ਕਮਾਉਣ ਦੀ ਕੀ ਗੱਲ ਆ, ਮੈਂ ਭਰਾ ਤੋਂ ਵੱਧ ਕਮਾ ਸਕਦੀ ਹਾਂ। ਦੈਟ ਨਾਈਟ ਮੈਂ ਸਾਰੀ ਰਾਤ ਰੋਈ ਹਾਂ, ਉਹ ਸਿਰਫ ਮੈਨੂੰ ਪਤਾ ਕਿ ਉਹ ਰਾਤ ਮੈਂ ਕਿੱਦਾਂ ਕੱਢੀ ਆ। ਐਂਡ ਅਨਦਰ ਡੇ ਡੈਡ ਨੂੰ ਛੁੱਟੀ ਸੀ ਤਾਂ ਮੈਂ ਉਹਨਾਂ ਕੋਲ ਉੱਠ ਕੇ ਗਈ, ਮੈਂ ਕਿਹਾ ਮੈਂ ਲਾਅ ਕਰਨੀ, ਐਂਡ ਹੀ ਇਜ਼ ਸ਼ੌਕ, ਲਾਅ ਕੀ ਹੋਇਆ ਤੈਨੂੰ, ਮੈਂ ਕਿਹਾ ਮੈਂ ਲਾਅ ਕਰਨੀ ਆ, ਕਹਿੰਦੇ ਤੂੰ ਕਰ ਲੈਂਗੀ, ਮੈਂ ਕਿਹਾ ਕੀ ਨਹੀਂ ਕਰ ਸਕਦੀ ਮੈਂ। ਐਂਡ ਉਹ ਵੀ ਖੁਸ਼ ਸੀ ਬ੍ਰਦਰ, ਕੋਨਫੀਡੈਂਸ ਨਾ ਉਸ ਵੇਲੇ ਪ੍ਰੋਪਰ, ਬਿਲਕੁਲ, ਮੈਂ ਕਿਹਾ ਮੈਂ ਕੀ ਨਹੀਂ ਕਰ ਸਕਦੀ। ਅਤੇ ਉਦੋਂ ਐਡਮਿਸ਼ਨਸ ਚੱਲ ਹੀ ਰਹੀਆਂ ਸੀ ਅਤੇ ਅਗਲੇ ਦਿਨ ਹੀ ਮੈਂ ਐਡਮਿਸ਼ਨ ਕਰਵਾਈ। ਅਤੇ ਉਹ ਇੱਕ ਰਾਤ ਦੇ ਵਿੱਚ ਵਿੱਚ ਆਪਣਾ ਤੁਸੀਂ ਕੌਨਫੀਡੈਂਸ, ਆਪਣਾ ਸਾਰਾ ਨੈਗੇਟਿਵ ਵਾਈਬ ਸਭ ਕੁਝ ਪਿੱਛੇ ਛੱਡ ਕੇ ਤੁਸੀਂ ਅਗਲੇ ਦਿਨ ਸਵੇਰੇ ਉੱਠ ਕੇ ਖੜੇ ਹੋ ਗਏ। ਉਹੀ ਯਾਦ ਸੀ ਕਿ ਜਿੱਦਣ ਮੈਂ ਸਭ ਤੋਂ ਜ਼ਿਆਦਾ ਟੁੱਟੀ ਸੀ, ਤੇ ਬਟ ਉਸ ਰਾਤ ਨੇ ਮੈਨੂੰ ਅੱਜ ਇੱਥੇ ਬਣਾ ਦਿੱਤਾ। ਜੇ ਉਹ ਸ਼ਾਇਦ ਕਨਵਰਸੇਸ਼ਨ ਮੈਂ ਨਾ ਸੁਣਦੀ ਤਾਂ ਸ਼ਾਇਦ ਅੱਜ ਮੈਂ ਇੱਥੇ ਨਾ ਹੁੰਦੀ। ਬਿਲਕੁਲ, ਉਹ ਮੇਰਾ ਟਰਨਿੰਗ ਪੁਆਇੰਟ ਸੀ ਅਤੇ ਉਦੋਂ ਮੈਨੂੰ ਸਮਝ ਆਈ ਕਿ ਮੈਂ ਕੁਛ ਵੀ ਕਰ ਸਕਦੀ। ਕੁਛ ਵੀ ਕਰ ਸਕਦੀ। ਅਤੇ ਹੁਣ ਮੈਨੂੰ ਇੱਦਾਂ ਆ ਕਿ ਇਨ ਫਿਊਚਰ ਕਦੇ ਵੀ ਮੇਰੇ ਪੇਰੈਂਟਸ ਨੂੰ ਲੋੜ ਹੋਵੇ ਤਾਂ ਨੋ ਡਾਊਟ ਬ੍ਰਦਰ ਮੇਰਾ ਵੱਡਾ ਆ, ਕਮਾਉਂਦਾ ਵੀ, ਮੈਨੂੰ ਬਹੁਤ ਪਿਆਰ ਕਰਦਾ, ਬਟ ਪੇਰੈਂਟਸ ਨੂੰ ਕਦੇ ਲੋੜ ਹੋਊਗੀ ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਉਹਦੇ ਤੋਂ ਪਹਿਲਾਂ ਖੜੀ ਹੋਵਾਂ। ਪਹਿਲੀ ਖੜਾ, ਬਿਲਕੁਲ ਸਹੀ ਕਿਹਾ। ਮਤਲਬ ਇਹ ਅਜਿਹਾ ਜਜ਼ਬਾ, ਅਜਿਹੀ ਪੋਜ਼ਿਟਿਵਿਟੀ, ਮਤਲਬ ਤੁਸੀਂ ਕਿਹਾ ਕਿ ਤੁਹਾਨੂੰ ਇੱਕ ਰਾਤ ਦੇ ਵਿੱਚ ਸਭ ਕੁਝ ਸੋਚ ਆਈ, ਪਰ 12ਵੀਂ ਦੇ ਵਿੱਚ ਬਹੁਤ ਛੋਟੀ ਉਮਰ ਹੁੰਦੀ ਹੈ, ਇੰਨੀ ਛੋਟੀ ਉਮਰ ਦੇ ਵਿੱਚ ਮਤਲਬ ਤੁਸੀਂ ਕਿੱਦਾਂ ਇਹ ਸਭ ਚੀਜ਼ਾਂ ਸੋਚ ਲਈਆਂ ਕਿ ਮੈਂ ਆਪਣੇ ਪੇਰੈਂਟਸ ਲਈ ਅਜਿਹਾ ਕਰਨਾ ਚਾਹੁੰਦੀ ਹਾਂ, ਮੈਂ ਆਪਣਾ ਆਪਣੇ ਆਪ ਨੂੰ ਬਿਲਡ ਅਪ ਕਰਨਾ, ਆਪਣੀ ਪੋਜ਼ਿਟਿਵਿਟੀ ਲੈ ਕੇ ਅੱਗੇ ਵਧੂੰਗੀ ਤਾਂ ਮੈਂ ਜ਼ਿੰਦਾ ਰਹੂੰਗੀ, ਆਪਣੀ ਲਾਈਫ ਨੂੰ ਹੈਪੀ ਕਰ
ਤੇ ਉਹ ਚੀਜ਼ ਮੈਂ ਬਾਅਦ 'ਚ ਰਿਅਲਾਈਜ਼ ਕੀਤੀ ਤੇ ਜਦੋਂ ਹੁਣ ਮੈਂ ਪੋਜ਼ਿਟਿਵ ਹੋਈ ਹਾਂ, ਹੁਣ ਚਾਹੇ ਕੋਈ ਹੱਸਦਾ ਜਿੱਦਾਂ ਮਰਜ਼ੀ ਆ, ਮੈਨੂੰ ਇਹ ਲੱਗਦਾ ਕਿ ਮੈਂ ਸ਼ਾਇਦ ਹੁਣ ਸੋਸ਼ਲ ਮੀਡੀਆ 'ਤੇ ਫੇਮਸ ਹਾਂ, ਸ਼ਾਇਦ ਕੋਈ ਮੈਨੂੰ ਜਾਣਦਾ ਹੀ ਹੋਊਗਾ, ਫੈਨਸ ਆਉਂਦੇ ਆ ਆਪਣੇ ਆਪ ਵੀ, ਬਿਲਕੁਲ ਹੁਣ ਮੈਂ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਵੇ ਨਾਲ ਲੈਂਦੀ ਹਾਂ, ਮੈਂ ਬਿਲਕੁਲ ਨੈਗੇਟਿਵ ਨਹੀਂ ਹੁੰਦੀ ਤੇ ਲਾਈਫ ਹੁਣ ਬਹੁਤ ਹੀ ਜ਼ਿਆਦਾ ਸੋਹਣੀ ਐਂਡ ਜਦੋਂ ਦਾ ਮੈਂ ਖੁਦ ਨੂੰ ਪਿਆਰ ਕਰਨ ਲੱਗੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਕੋਈ ਕੁਝ ਕਹਿੰਦਾ ਜਾਂ ਨਹੀਂ, ਹਰ ਇੱਕ ਸ਼ੌਂਕ ਪੂਰਾ ਕਰ ਰਹੀ ਹਾਂ ਅੱਜ ਮੈਂ ਸੋਸ਼ਲ ਮੀਡੀਆ 'ਤੇ ਵੀ ਤੇ ਆਪਣੇ ਬਹੁਤ ਕਰੀਅਰ ਦੇ ਵਿੱਚ ਉਹ ਤਾਂ ਅਸੀਂ ਦੇਖ ਰਹੇ ਹਾਂ, ਮਤਲਬ ਇਹਨਾਂ ਦਾ ਸੂਟਾਂ ਦੇ ਸ਼ੌਂਕ ਨੇ, ਨੇਲਸ ਦੇ ਸ਼ੌਂਕ ਨੇ, ਮੇਕਅਪ, ਐਵਰੀਥਿੰਗ, ਇਹਨਾਂ ਨੂੰ ਇਅਰਿੰਗਸ ਐ ਸੂਟਾਂ ਤੋਂ ਮੈਨੂੰ ਬਹੁਤ ਟੌਂਟ ਮਿਲਦੇ ਹੁੰਦੇ ਸੀ ਜਿੱਦਾਂ ਮੈਂ ਜਦੋਂ ਪਹਿਲਾਂ ਸੂਟ ਪਾਉਣੇ ਨਾ, ਮੈਨੂੰ ਸਾਰੇ ਕਹਿੰਦੇ ਸੀ ਕਿ ਸੂਟਾਂ 'ਚ ਤੂੰ ਬਹੁਤ ਮੈਚਿਓਰ ਲੱਗਦੀ ਆ, ਤੇ ਮੈਂ ਸੂਟ ਪਾਉਣੇ ਛੱਡਤੇ ਕਿਉਂਕਿ ਮੈਂ ਜ਼ਿਆਦਾ ਨੋਟਿਸ ਹੋਣ ਲੱਗ ਗਈ ਸੀ ਜਦੋਂ ਮੈਂ ਕਿਤੇ ਪੇਰੈਂਟਸ ਨਾਲ ਬਾਹਰ ਜਾਣਾ ਨਾ, ਮੈਂ ਸੂਟ ਪਾਉਣੇ ਛੱਡਤੇ, ਬਟ ਫਿਰ ਜਦੋਂ ਹੁਣ ਮੈਂ ਦੇਖਦੀ ਹਾਂ ਕਿ ਜੇ ਮੈਂ ਹੁਣ ਨੋਟਿਸ ਹੋ ਰਹੀ ਹਾਂ ਕਿ ਉਹ ਮੈਂ ਆਪਣੇ ਸ਼ੌਂਕ ਮਾਰਾਂ, ਜੇ ਮੈਂ ਸੂਟਾਂ 'ਚ ਜ਼ਿਆਦਾ ਸੋਹਣੀ ਲੱਗਦੀ ਹਾਂ ਓਬਵੀਅਸਲੀ ਮੈਂਸੂਟ ਪਾਉਂਗੀ, ਸੂਟ ਪਾਉਂਗੀ, ਜਿਹੜੀ ਚੀਜ਼ ਮੈਨੂੰ ਪਸੰਦ ਹੈਗੀ ਹੈ ਤੇ ਮੈਂ ਤਾਂ ਪਾਉਂਗੀ, ਸੂਟਾਂ ਦੀ ਕਲੈਕਸ਼ਨ ਵੀ ਇਹਨਾਂ ਦੀ ਫੁੱਲ ਔਨ ਹੈ, ਔਰ ਇੱਕ ਹੋਰ ਮੈਂ ਕਲੈਕਸ਼ਨ ਦੀ ਗੱਲ ਕਰਾਂਗੀ, ਇਹਨਾਂ ਨੇ ਹਾਲੀ ਦੇ ਵਿੱਚ ਨਾ ਆਪਣਾ ਇੱਕ ਬ੍ਰਾਈਡਲ ਸ਼ੂਟ ਕਰਵਾਇਆ, ਬਹੁਤ ਹੀ ਸੋਹਣੇ ਲੱਗ ਰਹੇ ਸੀ ਉਸਦੀ ਪਿਕਚਰ, ਮੇਰੇ ਉਸ ਬ੍ਰਾਈਡਲ ਸ਼ੂਟ ਨੇ ਬਹੁਤ ਮੁੰਡਿਆਂ ਦੇ ਦਿਲ ਤੋੜੇ ਆ ਤੋੜੇ ਆ, ਅੱਛਾ ਮਤਲਬ ਉਹਨਾਂ ਨੂੰ ਸ਼ੂਟ ਸੀਗਾ ਬਟ ਮੁੰਡਿਆਂ ਨੂੰ ਲੱਗਾ ਕਿ ਇਹਨਾਂ ਦਾ ਵਿਆਹ ਹੋ ਗਿਆ, ਸੋ ਹੁਣ ਜਿਹੜੇ ਰਿਸ਼ਤੇ ਪਹਿਲੇ ਸੋਚਦੇ ਸੀਗੇ ਕਿ ਰਿਸ਼ਤੇ ਕਿਵੇਂ ਆਉਗੇ, ਉਹਦੀ ਰਿਸ਼ਤਿਆਂ ਦੀ ਲਾਈਨ ਵੀ ਨਹੀਂ, ਉਹ ਰਿਸ਼ਤੇ ਹਜੇ ਵੀ ਨਹੀਂ, ਹਜੇ ਵੀ ਸਟਾਪ ਆ ਰਿਸ਼ਤਿਆਂ ਤੇ, ਰਿਸ਼ਤੇ ਲਾਈਨ ਤਾਂ ਆ ਰਹੀ ਹੈ ਨਾ, ਲੱਗੇ ਰੋ ਪ੍ਰਪੋਜ਼ ਤਾਂ ਕਰ ਹੀ ਸਕਦੇ ਪਰ ਅਸੀਂ ਐਕਸੈਪਟੈਂਸ ਨਹੀਂ ਕਰਨੀ ਕਿਉਂਕਿ ਹੁਣ ਇਹਨਾਂ ਦਾ ਅੱਗੇ ਵੀ ਸਟੈਪ ਤਿਆਰ ਨੇ, ਸੋ ਐਡਵੋਕੇਸੀ ਸ਼ੁਰੂ ਹੋ ਚੁੱਕੀ ਹੈ, ਤੁਸੀਂ ਕੁਝ ਸੋਚਿਆ ਕਿ ਤੁਸੀਂ ਇਸ ਲਾਈਨ ਦੇ ਵਿੱਚ ਜਦੋਂ ਤੁਸੀਂ ਬਣੇ ਐਡਵੋਕੇਟ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦੇ ਕੇਸ ਲੜਨਾ ਚਾਹੁੰਦੇ ਹੋ, ਕਿਹੜੇ ਲੋਕਾਂ ਦੇ ਲਈ ਜਾਂ ਕੁਝ ਵਿਮੈਨ ਐਂਪਾਵਰਮੈਂਟ ਜਾਂ ਕੁਝ ਕਰਨਾ ਚਾਹੁੰਦੇ ਹੋ? ਬਿਲਕੁਲ, ਮੈਂ ਪਹਿਲਾਂ ਤਾਂ ਕ੍ਰਿਮੀਨਲ ਕੇਸਿਸ ਹੈਂਡਲ ਕਰਨਾ ਚਾਹੁੰਦੀ ਹਾਂ ਕਿਉਂਕਿ ਕੁੜੀਆਂ ਲਈ ਇਹ ਚੀਜ਼ ਥੋੜ੍ਹੀ ਜਿਹੀ ਔਖੀ ਆ, ਬਟ ਮੈਂ ਚਾਹੁੰਦੀ ਹਾਂ ਕਿ ਮੈਂ ਕ੍ਰਿਮੀਨਲ ਕੇਸਿਸ ਦੇ ਵਿੱਚ ਆਪਣਾ ਨਾਮ ਬਣਾਵਾਂ ਕਿਉਂਕਿ ਮੈਨੂੰ ਹਮੇਸ਼ਾ ਹੀ ਮੇਰੀ ਹਾਈਟ ਕਰਕੇ ਜੱਜ ਕੀਤਾ ਜਾਂਦਾ ਹੈ ਤੇ ਮੈਂ ਦੱਸਣਾ ਚਾਹੁੰਦੀ ਹਾਂ ਬਾਕੀਆਂ ਨੂੰ ਕਿ ਮੈਂ ਵੀ ਕੁਝ ਕਰ ਸਕਦੀ ਹਾਂ। ਕੋਈ ਨਾ ਕ੍ਰਿਮੀਨਲ ਕੇਸਿਸ ਦੇ ਟਾਈਮ ਤੇ ਕੁਐਸਚਨ ਮਾਰਕ ਆਉਂਦਾ ਕਿ ਕੁੜੀ ਕਿਵੇਂ ਲੜੂਗੀ, ਕਿਵੇਂ ਲੜੂਗੀ, ਕਿਵੇਂ ਗਟਸ ਨੇ, ਕੰਫੀਡੈਂਸ ਕਿਵੇਂ ਆਊਗਾ। ਬਿਲਕੁਲ, ਸੋ ਮਤਲਬ ਨੈਕਸਟ ਹੁਣ ਐਂਡ ਮੈਂ ਕੁੜੀਆਂ ਲਈ ਤੇ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਹਾਂ, ਸਪੈਸ਼ਲੀ ਕੁੜੀਆਂ ਲਈ ਕਿਉਂਕਿ ਅੱਜ ਕੱਲ ਦਾ ਟਾਈਮ ਜੋ ਚੱਲ ਰਿਹਾ ਕੁੜੀਆਂ ਲਈ ਬਿਲਕੁਲ ਵੀ ਸੇਫ ਨਹੀਂ ਹੈਗਾ ਤੇ ਕਈ ਕੁੜੀਆਂ ਆਪਣਾ ਸਟੈਂਡ ਲੈਂਦੀਆਂ ਆ ਪਰ ਉਹਨਾਂ ਨੂੰ ਪ੍ਰੋਪਰ ਅੱਗਿਓਂ ਹੱਥ ਨਹੀਂ ਮਿਲਦਾ ਕਿ ਉਹ ਆਪਣਾ ਰੱਖ ਸਕਣ ਆਪਣਾ ਪੱਖ, ਤੇ ਕਈ ਕੁੜੀਆਂ ਜਿਹੜੀਆਂ ਹਿੰਮਤ ਹੀ ਨਹੀਂ ਕਰ ਪਾਉਂਦੀਆਂ ਜਾਂ ਜਿਨ੍ਹਾਂ ਨੂੰ ਦਬਾਇਆ ਜਾਂਦਾ ਹੈ, ਤੇ ਮੈਂ ਉਹਨਾਂ ਦੀ ਆਵਾਜ਼ ਬਣ ਕੇ ਅੱਗੇ ਆਉਣਾ ਚਾਹੁੰਦੀ ਹਾਂ। ਸੋ ਸਭ ਤੋਂ ਪਹਿਲੇ ਨਾ ਮੈਂ ਇੱਕ ਚੀਜ਼ ਬਹੁਤ ਹੀ ਛੋਟੀ ਜਿਹੀ ਬਰੀਕ ਜਿਹੀ ਚੀਜ਼ ਹੁੰਦੀ ਮੈਂ ਤੁਹਾਡੇ ਲਈ ਨੋਟਿਸ ਕੀਤੀ ਕਿ ਤੁਸੀਂ ਆਪਣਾ ਇੱਕ ਟੀਚਾ ਤਾਂ ਮਿਥ ਲੈਂਦੇ ਹੋ ਪਰ ਟੀਚਾ ਮਿਥਣ ਤੋਂ ਪਹਿਲਾਂ ਤੁਸੀਂ ਆਪਣਾ ਰਸਤਾ ਵੀ ਦੇਖ ਲੈਂਦੇ ਕਿ ਉੱਥੇ ਤੱਕ ਪਹੁੰਚਣਾ ਕਿੱਦਾਂ, ਪਹਿਲੇ ਮੈਂ ਉਸ ਲੈਵਲ 'ਤੇ ਪਹੁੰਚਾਂ ਕਿ ਮੈਂ ਉਸ ਪਾਵਰ 'ਤੇ ਪਹੁੰਚਾਂ ਕਿ ਮੈਂ ਉਸ ਪਾਵਰ 'ਤੇ ਪਹੁੰਚ ਕੇ ਦੂਜਿਆਂ ਦੀ ਮਦਦ ਕਰ ਸਕਾਂ। ਤੁਸੀਂ ਪਹਿਲੇ ਆਪਣੇ ਆਪ ਨੂੰ ਕਮਜ਼ੋਰ ਸੀ ਕਿ ਤੁਸੀਂ ਆਪਣੇ ਆਪ ਨੂੰ ਸਟਰੋਂਗ ਕੀਤਾ, ਪੜ੍ਹਾਈ ਕੀਤੀ, ਲਾਅ ਦੀ ਪੂਰੀ ਪੜ੍ਹਾਈ ਇਹਨਾਂ ਨੇ ਕੰਪਲੀਟ ਕਰਕੇ ਐਡਵੋਕੇਟ ਬਣੇ ਅਤੇ ਹੁਣ ਇਹ ਚਾਹੁੰਦੇ ਕਿ ਅੱਗੇ ਕ੍ਰਿਮੀਨਲ ਕੇਸਿਸ ਨੂੰ ਸੋਲਵ ਕਰਨ, ਅੱਗੇ ਜੁਡੀਸ਼ਰੀ ਦੀ ਵੀ ਪੜ੍ਹਾਈ ਵੀ ਇਹ ਕਰਨਾ ਚਾਹੁੰਦੇ ਆ ਤਾਂ ਕਿ ਇਹ ਬਾਕੀਆਂ ਦੀ ਵੀ ਮਦਦ ਕਰ ਸਕੇ, ਮਤਲਬ ਇੱਕ ਪਾਵਰਫੁਲ ਪੋਜੀਸ਼ਨ 'ਤੇ ਆ ਕੇ ਇਹ ਬਾਕੀਆਂ ਦੀ ਮਦਦ ਕਰਨਾ ਚਾਹੁੰਦੇ। ਸੋ ਹੁਣ ਇੱਕ ਲਾਸਟ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਇਸ ਪੂਰੇ ਸਫ਼ਰ ਦੇ ਵਿੱਚ ਜਦ ਤੋਂ ਤੁਸੀਂ ਆਪਣੀ ਉਸ ਰਾਤ ਦੇ ਸਫ਼ਰ ਤੋਂ ਜੇ ਮੈਂ ਆਖਾਂ ਉਸ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਚੈਲੇਂਜਸ, ਔਕੜਾਂ, ਬਹੁਤ ਕੁਛ ਆਇਆ, ਤਦ ਵੀ ਲੋਕ ਬਹੁਤ ਸਾਰੇ ਨੀਚੇ ਪਾਉਂਦੇ ਸੀਗੇ ਅਤੇ ਉਸ ਚੀਜ਼ ਨੂੰ ਤੁਸੀਂ ਕਿਵੇਂ ਓਵਰਕਮ ਕੀਤਾ, ਤੁਸੀਂ ਪੋਜ਼ਿਟਿਵਿਟੀ ਆਪਣੇ ਵਿੱਚ ਲੈ ਕੇ ਆਏ ਬਟ ਕਦੀ ਅਜਿਹਾ ਹੋਇਆ ਕਿ ਕਿਸੇ ਨੇ ਨੈਕਸਟ ਮਤਲਬ ਇੱਕ ਲੈਵਲ ਕ੍ਰੋਸ ਕਰਕੇ ਤੁਹਾਨੂੰ ਜਾਂ ਤੁਹਾਡੇ ਪੇਰੈਂਟਸ ਨੂੰ ਕੁਛ ਕਿਹਾ ਹੋਵੇ ਕਿ ਤੁਹਾਨੂੰ ਲੱਗਾ ਹੋਵੇ ਕਿ ਨਹੀਂ ਹੁਣ ਮਤਲਬ ਇੱਕ ਫਿਰ ਤੋਂ ਬ੍ਰੇਕਿੰਗ ਪੁਆਇੰਟ ਆਇਆ ਹੋ ਕਿ ਤੁਹਾਨੂੰ ਲੱਗਾ ਕਿ ਨਹੀਂ ਮੈਂ ਹੁਣ ਛੱਡ ਦੇਣਾ, ਮੈਂ ਕੁਛ ਨਹੀਂ ਕਰਨਾ? ਨਹੀਂ, ਮੈਂ ਇਹ ਮੰਨਦੀ ਹਾਂ ਕਿ ਜਦੋਂ ਆਪਾਂ ਖੁਦ ਸਟਰੋਂਗ ਹੋ ਜਾਂਦੇ ਹਾਂ, ਪੋਜ਼ਿਟਿਵ ਹੋ ਜਾਂਦੇ ਹਾਂ ਅਤੇ ਫਿਰ ਤੁਹਾਡੀ ਲਾਈਫ ਦੇ ਵਿੱਚ ਬਹੁਤ ਬ੍ਰੇਕਿੰਗ ਪੁਆਇੰਟਸ ਆਉਂਦੇ ਨੇ, ਬਟ ਇਹ ਫਿਰ ਤੁਹਾਡੇ 'ਤੇ ਮੈਟਰ ਕਰਦਾ ਕਿ ਤੁਸੀਂ ਟੁੱਟਣਾ ਆ ਜਾਂ ਫਿਰ ਦੁਬਾਰਾ ਉੱਥੋਂ ਉੱਠਣਾ ਆ। ਅਤੇ ਹੋਇਆ ਤਾਂ ਮੇਰੀ ਲਾਈਫ 'ਚ ਵੀ ਇੱਦਾਂ ਦਾ ਬਹੁਤ ਕੁਛ ਆ, ਬਟ ਮੈਂ ਫਿਰ ਸੋਚ ਹੀ ਲਿਆ ਸੀ ਕਿ ਜਦੋਂ ਮੈਂ ਕਾਲਜ ਫਸਟ ਡੇ ਗਈ ਹਾਂ, ਮੈਂ ਜਦੋਂ ਗੇਟ 'ਤੇ ਐਂਟਰ ਕਰਨਾ ਸੀਗਾ ਅਤੇ ਐਡਮਿਸ਼ਨ ਜਦੋਂ ਮੈਂ ਕਰਾਈ, ਮੈਂ ਇਕੱਲੀ ਗਈ ਹਾਂ ਕਾਲਜ, ਮੇਰੇ ਪੇਰੈਂਟਸ ਮੈਨੂੰ ਡਰੋਪ ਕਰਨ ਨਹੀਂ ਗਏ ਸੀਗੇ, ਮੈਂ ਇਕੱਲੀ ਗਈ ਸੀ ਬਿਕੋਜ਼ ਮੈਂ ਸੋਚਿਆ ਸੀ ਕਿ ਕਿੰਨੇ ਦਿਨ ਤੱਕ ਉਹ ਮੇਰੇ ਨਾਲ ਜਾਣਗੇ ਅਤੇ ਉਹ ਹੈਗੀ ਵੀ ਇੱਕਦਮ ਨਵੀਂ ਪਲੇਸ ਸੀਗੀ, ਸਕੂਲ ਤਾਂ ਨਰਸਰੀ ਟੂ ਪਲੱਸ ਟੂ ਇੱਕ ਹੀ ਸੀਗਾ ਅਤੇ ਮੈਂ ਇਕੱਲੀ ਗਈ ਹਾਂ ਅਤੇ ਜਦੋਂ ਮੈਂ ਮਤਲਬ ਗੇਟ ਤੋਂ ਕਲਾਸ ਤੱਕ ਜਾ ਰਹੀ ਸੀਗੀ, ਆਈ ਵਾਜ਼ ਸੋ ਨਰਵਸ, ਮੈਨੂੰ ਇਹ ਸੀ ਕਿ ਪਤਾ ਨਹੀਂ ਕੀ ਹੋਊਗਾ। ਪਹਿਲਾ ਵੀਕ ਤਾਂ ਇੱਦਾਂ ਨਿਕਲਿਆ ਕਿ ਕਾਫੀ ਸਟੂਡੈਂਟਸ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਕਿਸੇ ਟੀਚਰ ਦਾ ਬੱਚਾ ਹਾਂ ਅਤੇ ਕੋਈ ਮੇਰੀ ਚੀਕ ਪੁੱਲ ਕਰ ਰਿਹਾ ਸੀ, ਕੋਈ ਮੈਨੂੰ ਹੈਲੋ ਹਾਏ ਜਿੱਦਾਂ ਮਤਲਬ ਨੋਰਮਲ ਬੱਚਿਆਂ ਨਾਲ ਜਿਵੇਂ ਹੁੰਦਾ ਹੀ ਆ। ਅਤੇ ਫਿਰ ਇੱਕ ਹਫ਼ਤੇ ਮਤਲਬ ਪਹਿਲੇ ਦਿਨ ਜਦੋਂ ਮੈਂ ਗਈ ਹਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ, ਬਟ ਜਦੋਂ ਮੈਂ ਗੇਟ 'ਤੇ ਪੈਰ ਰੱਖਿਆ ਨਾ, ਮੈਂ ਫਿਰ ਇੱਕ ਵਾਰ
एंड ही सेम चीज मेरी कोर्ट दे विच भी हुंदी आ मैं नर्वस हुंदी आ पर जदों मैनू लगदा कि कोई मैनू देख रहा कोई मैनू नोटिस कर रहा मेरा कॉन्फिडेंस डबल हो जाता है कि मैनू कोई देख रहा है तो उन्हें ये लगे कि शी इज सो कॉन्फिडेंट मतलब हर किसी प्रोफेशन च भी असीं जाइए असीं इंटरव्यू भी शुरू करदे आ हर कोई इंसान अपने कोई भी काम करन लग पैंदा तो उस तो शुरू करन तो पहले असीं नर्वस जरूर हुंदे आ पर तुहाडा थोड़ा जिहा नर्वस लेवल इस लिए वध जांदा क्योंकि लोग तुसीं लोकां दी नज़र दे विच हुंदे लोग तुहानूं ज़्यादा देखदे आ बट तुहानूं हुण ओह चीज़ तुसीं अपना एक स्ट्रोंग पॉइंट बना लिया कि जो देख रहे आई विल बी टू टाइम स्ट्रोंगर राइट सो हरविंदर जी नूं रूबी भी कहा जाता है कि बहुत घट लोग जानते हैं तो इन्हों की स्माइल के पिछे की राज है मैं पहले तो वह जानना चाहूँगी कि स्वीट जी स्माइल तुसीं देखा कि हाँ हूँ फेस मेरा ना इस एंगल तो वधिया लगता तो इस एंगल तो वधिया लगता ये चीज़ भी तुसीं की नोटिस की थी क्योंकि एयर होस्टेस बनना दिख रहा है थोड़ा बहुत शौक थोड़ा हैगा ग्लैम वर्ल्ड वल भी सो प्रोबेबली विल बी सिंगर इन द फ्यूचर कितने असं इन मीडिया के एंटरटेनमेंट इंडस्ट्री भी देख सकते हैं नोबडी नोज जिदा ये सेंसेशन ऑलरेडी बन हाँ देखा सो प्रपोजल्स इतने भी ओपन रहने चाहिए इन्हों के लिए कोई सॉन्ग ऑफर या कोई फिल्म ऑफर क्योंकि इन्हों का जोड़ा प्रेजेंस ने स्क्रीन प्रेजेंस बहुत ही वधिया सो य स्माइल के पिछे तो ये मॉडल लुक के पिछे की राज है सानू वह भी दसो ये भी मैं यही कहूँगी कि सैल्फ एक्सैप्टेंस मैनू हूँ ना खुद न बहुत ज़्यादा प्यार आ एक टाइम इदा का सी जो मैं मतलब लोगों दी नज़रां नाल जदों आपां खुद नूं देखदे आ ना तो सानूं अपने च बहुत कमियां दिखदियां ने ते मैं बचपन तो ही जदों मैं अपने ओह नैगेटिव टाइम दे विच सी ना मैनूं आदत सी कि मैं हमेशा ही शीशे दे अगे खड़े होकर अपने आप नूं कोसदी हुंदी सी ते मैं रोंदी भी हुंदी सी मेरी सारी सारी रात निकल जांदी हुंदी सी कि मैं शीशे दे अगे खड़े होकर रोना ते जदों मैं हुण अपने आप नूं अपनियां नज़रां नाल देखना शुरू करदा ना ते मैनूं अपने आप ते प्यार भी बहुत आउंदा ते मैं अपने आप नूं इह कहिंदी आं कि मेरे तो सोहणा कोई है ही नहीं ते जदों फिर आपां अपनियां नज़रां नाल खुद नूं देखदे आं ते फिर बहुत कुछ इंप्रूव हुंदा आ ते फिर मैनूं इही हुंदा कि मैं जिथे भी जावां कॉन्फिडेंट हो के सोहणी बन के जावां सो तुसीं अपनी सारी गल्लां कीतियां तुहाडे नाल गल्लां करन दा मन तां बहुत ज़्यादा कर रहा पर जे मैं पुछा जिद्दां तुसीं अपनी गल्लां दसदे पे हो जे इन फ्यूचर कभी मौका मिलता तुहानूं अपनी बायोग्राफी लिखण दा या तुहाडे कोई फिल्म या कुछ अजिहा बनदा क्योंकि अजकल काफ़ी मतलब बायोग्राफी दा दौर चल रहा बनदियां है फिल्म तां तुसीं चाहुंदे हो कि आने वाले समय दे विच तुसीं अपनी बायोग्राफी लिखो या चाहुंदे हो कोई होर लिखे तुहाडी बायोग्राफी मैनूं हुण वी बहुत ज़्यादा मैसेजेस या ऑफर्स आ रहे हैं ते बट मेरा मनना यह है कि मेरी जिहड़ी लाइफ आ वो मेरे तो बेहतर कोई किसी नूं नहीं दस सकता बिकॉज उन्हां लई जस्ट एक बुक होएगी मेरी वो मेरी 25 साल की जिंदगी आ ते मेरे तो वधिया बयान कोई नहीं कर सकता मैं चाहुंदी हाँ कि जदों मैं अपना प्रॉपर मेरा एम आ कि मैं जज बनना मैं जुडिशरी क्लीयर करनी ते जदों मेरा एम क्लीयर होगा ते मैं चाहुंदी हाँ कि मैं अपनी बायोग्राफी खुद लिखा ते फिर मैं अपनी कली कली वो फीलिंग कितना कितना मैं स्ट्रोंग हुई कितने कितने मैं टुटी हाँ वो बायोग्राफी मैं खुद लिखना चाहूँगी मैं कहा से ना इन्होंने अगला एक टीचा मिथ्या होया कि आप लिखना चाहते हैं उसका रस्ता भी इन्होंने लग रहा है कि पहले मैं जुडिशरी की पढ़ाई पूरी करनी है जज बनना है एक होर पावरफुल पोजिशन पर पहुँचूंगे फिर उस तो अगला स्टैप ये जरूर लेंगे सो अरविंदर जी थोड़े गलबात करके बहुत ही ज़्यादा वधिया लग्या कि कुछ चीज़ा मैं थोड़ा ना एक टॉप 5 पिक एंड चूज पूछूंगी थोड़े तो ठीक है सो तुसी सिलेक्ट करना ठीक है तो शुरू कर दें रूबी या रविंदर रूबी सो इस पीछे रीजन भी मैं पूछना चाहूंगी क्यों रूबी रूबी एक जेम दा नाम है अच्छा जी बिल्कुल सो इस करके तुम्हारे फैमिली तुम्हें शुरू तो ही रूबी हां जी रूबी कहा जाता है छोटे होंदे तो हां जी देखा जेम ये निखर के चमक रहे हैं मैं बाहर आ रहे चमक रहे हैं सो सूट या जीन्स टॉप या ड्रेसेस सूट सो ना फर्स्ट लव सूट ही है तो जिसके करके ना सारे मतलब पेज पे सूट दिख रहे हैं ठीक है जी सो सक्सेस और मनी सक्सेस एडवोकेसी और जुडिशरी जुडिशरी सो मतलब इन्होंने पूरा पूरा क्लियर कर दिया कि कितने पहुंचना चाहते हैं हर पासा इन्होंने अपना ठोक बचा के दस मैं बहुत क्लियर रहनी अपनी लाइफ नु लेके पहला हुंदा सी कंफ्यूजन हुन कंफ्यूजन सारी ऑफ हो चुकी है छोटी उम्र दे विच इन्होंने एडवोकेसी क्लियर की है अपनी हाइट जेडे लोकी कहंदे ने कि ए हाइट बहुत छोटी है तुसी नहीं जा सकदे किसी फील्ड उस लिमिटेशन नु इन्होंने क्रॉस करके दिखा दिता कि कुछ भी इम्पोसिबल नहीं है तुसी अपना हर एक ग्रोथ नु अपनी सक्सेस नु तुसी आप नपदे हो आप उसनों अचीव करते कोई होर थोड़े लिए डिसाइड नहीं कर सकता सो बहुत वधिया लगा रूबी जी नाल गलबात करके और असी भी हुण अज तो क्योंकि असी भी इन्हों बहुत ज़्यादा प्यार करते हैं और इन्हों कंग्रेचुलेट करते इन्हों की सक्सैस के लिए तो उम्मीद करते कि आने वाले समय के जज भी बनन असी फिर इन्हों मिलिए तो इन्हों एज अ जज इंटरव्यू एक बार फिर तो लीए थैंक यू सो मच थैंक यू